ਉਹਦੀ ਸਵਾਗਤ ਅੱਜ ਦੀ ਇਸ ਵੀਡੀਓ ਵਿੱਚ। ਅਤੇ ਅੱਜ ਤੁਹਾਨੂੰ ਵਿਖਾਉਣਾ ਇੱਕ ਜਗਾੜ ਚੀਜ਼ ਬਣਾਈ ਹੋਈ ਹੈ ਜਿਹੜੀ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬਿੱਲ ਦਾ ਆਈਕੋਨ ਜਿਹੜਾ ਉਹ ਜ਼ਰੂਰ ਦਬਾ ਦਿਓ ਜੀ। ਅਤੇ ਡਬਲ ਇੰਜਣ ਆ ਜਿਹੜਾ ਇਹ 'ਚ ਰੱਖਿਆ ਹੋਇਆ ਹੈਗਾ। ਅਤੇ ਜਿੰਨੇ ਵੀ ਲਵੇ ਲਾਉਣੇ ਇੰਜਣ ਆਪਣੇ ਸੋਰੀ ਕੰਬਾਈਨਾਂ ਦੇ ਟਰੈਕਟਰ ਧਰੇ ਆ, ਸਭ ਤੋਂ ਪਹਿਲਾਂ ਇਸੇ ਨਾਲ ਵੀਰ ਕਹਿੰਦਾ ਵੀ ਅਸੀਂ ਧਰ ਕੇ ਆਉਂਦੇ ਰਹੇ, ਬਾਕੀ ਤੁਸੀਂ ਵੀਡੀਓ ਜਿਹੜਾ ਦੇਖ ਸਕਦੇ ਹੋ। ਜਿਵੇਂ ਆਹ ਹੁਣ ਟਰੈਕਟਰ ਵਾਲੀ ਮਸ਼ੀਨ ਹੈਗੀ ਜਿਹੜਾ ਫੁੱਲ ਭਰੀ ਆ, ਮੰਨ ਕੇ ਚੱਲ ਵੀ ਉਹਨੂੰ ਵੀ ਆਰਾਮ ਨਾਲ ਚੱਕ ਲੈ ਮਸ਼ੀਨ ਨੂੰ, ਟਰੈਕਟਰ ਵਾਲੀ ਨੂੰ ਫੁੱਲ ਭਰੀ ਨਹੀਂ ਚੱਕ ਲੈਂਦੇ। ਡਬਲ ਇੰਜਣ ਹੈ ਇਹ 'ਚ, ਤੁਸੀਂ ਦੇਖ ਸਕਦੇ ਹੋ। ਹਾਈਡ੍ਰੋਲਿਕ ਜੈਕ ਜਿਹੜਾ ਉਹ ਵੀ ਲੱਗਿਆ ਹੋਇਆ ਹੈਗਾ। ਅਤੇ ਡਬਲ ਇੰਜਣ ਹੀ ਹੈ, ਖਰਚ ਜਿਹੜਾ ਬਹੁਤ ਘੱਟ ਆਇਆ। ਆ ਟਰਾਲੀ ਬਣਾਈ ਆ ਬਈ, ਵੇਟ ਨੂੰ ਆ ਪਿੱਛੇ ਵੇਟ ਕਰਿਆ ਹੋਇਆ ਵੀਰੇ ਨੇ। ਠੀਕ ਆ, ਵੇਟ ਇਹਦਾ ਯਾਰ ਮੋਰੇ ਚਲੋ ਠੀਕ ਆ। ਆ ਲੈ ਆ ਵੀ ਦੇਖ, ਟੇਡਾ ਹੋਇਆ ਪਿਆ ਦੇਖ, ਗੋਲ ਹੋਇਆ ਪਿਆ ਹੈਗਾ ਬੀਮ ਵੀ ਇਹਦਾ ਬੀਮ, ਹਾਂ ਗੋਲ ਹੋਇਆ ਪਿਆ, ਫਿਰ ਵੀ ਅਸੀਂ ਇਹਦੇ ਨਾਲ ਪੂਰਾ ਫੁੱਲ ਵਜਨ ਚੁਕਾ ਦੇਣ। ਠੀਕ ਹੈ, ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਮੇਸਰ ਵਾਲਾ ਵੀ ਜਿੱਥੇ ਵੀ ਫੈਕਟਰੀ ਲੱਗੀ ਆ ਉੱਥੇ ਦਾ, ਬਾਕੀ ਟਾਟਾ 407 ਵਾਲਾ ਹਿੱਸਾ ਲਾ ਕੇ ਡਬਲ ਟਾਇਰ ਵਾਲਾ ਜਗਾੜ ਹੈ ਨਾ ਪੂਰਾ ਘੈਂਟ, ਉਹ ਬਣਾਇਆ ਹੋਇਆ ਹੈਗਾ। ਪਹਿਲਾਂ 4x4 ਸੀ ਅਤੇ ਹੁਣ ਤੂੰ ਵੀ ਲਾ ਦੀ ਉਹ ਕਰਤੀ ਪਿੱਛੋਂ ਮੂਹਰੋਂ ਖੋਲਤੀ। ਅਤੇ ਬਾਕੀ ਇਹਦੇ ਨਾਲ ਟਰੈਕਟਰ ਆ ਵੀ ਦੱਸ ਰਹੇ, ਜਿਵੇਂ ਵੀ ਕਹਿ ਰਿਹਾ ਵੀ ਕਹਿ ਰਹੇ ਨੇ ਵੀ ਸਾਰੇ ਟਰੈਕਟਰ ਜਿਹੜੇ ਲਵੇ ਲਾਉਣੇ ਕੰਬਾਈਨਾਂ 'ਤੇ ਇਹ ਮਸ਼ੀਨ ਨਾਲ ਹੀ ਜਿਹੜੇ ਧਰ ਕੇ ਆਉਂਦੇ ਰਹੇ ਨੇ। ਇੱਧਰ ਗੇਅਰਾਂ ਵਾਲੇ ਲੀਵਰ ਆ ਗਏ ਸਾਰੇ, ਅਤੇ ਇੱਧਰ ਪੰਪ ਵਗੈਰਾ ਆ ਕੇ ਲੱਗੇ ਹੋਏ, ਜਗਾੜ ਸਿਸਟਮ ਜਿੰਨਾ ਵੀ ਲਾਇਆ ਹੋਇਆ ਹੈਗਾ, ਪਾਵਰ ਸਟੇਅਰਿੰਗ ਵਗੈਰਾ, ਇਹ ਪੂਰੀ ਘੈਂਟ ਚੀਜ਼ ਜਿਹੜਾ ਬਾਈ ਕਹਿੰਦਾ ਬਣਾਈ ਹੋਈ ਹੈਗੀ। ਸੋ ਦੋਸਤੋ ਕਿਵੇਂ ਲੱਗੀ ਸ਼ੇਅਰ ਕਰ ਦਿਓ ਜੀ, ਬਾਕੀ ਦੱਸੋ ਕਿਵੇਂ ਆ।
ते अपने चैनल नूं लाइक शेयर सबसक्राइब करना ना भुलना जी। धन्यवाद जी, मिलदा किसी होर अगली वीडियो दे नाल। मारती सैल्फ करा।